2019 ਦੇ ਵਿੱਚ ਬਣਾਈ ਸੀ ਇਸ ਬਿਲਡਿੰਗ ਦੀ ਵੀਡੀਓ, ਅਤੇ ਅੱਜ 2022 ਆ ਗਿਆ ਹੈ, ਅਤੇ ਉਸੇ ਤਰੀਕੇ ਨਾਲ ਦਿਖਾਵਾਂਗੇ ਵੀ ਕੁੱਟ ਡੂੰਘੀਆਂ ਨੀਆਂ ਪਾ ਕੇ ਉਹ ਬਣਾਈਓ ਮੀਰਾ। 2019 ਦੇ ਵਿੱਚ ਬਣਾਈ ਸੀ ਇਸ ਬਿਲਡਿੰਗ ਦੀ ਵੀਡੀਓ, ਅਤੇ ਅੱਜ 2022 ਆ ਗਿਆ ਹੈ, ਅਤੇ ਉਸੇ ਤਰੀਕੇ ਨਾਲ ਮਜ਼ਬੂਤੀ ਨੂੰ ਕਾਇਮ ਰੱਖ ਕੇ ਖੜ੍ਹੀ ਹੈ ਬਿਲਡਿੰਗ। ਆਓ ਕਰਦੇ ਹਾਂ ਗੱਲਬਾਤ, ਮੈਂ ਹਾਂ ਤੁਹਾਡਾ ਆਪਣਾ ਅਮਰਦੀਪ ਸਿੰਘ ਪੁਰੀਆ। ਸੋ ਅੱਜ ਇਸ ਬਿਲਡਿੰਗ ਨੂੰ ਅੰਦਰ ਤੱਕ ਵਿਖਾਵਾਂਗੇ। ਤੁਸੀਂ ਇਹ ਵੀਡੀਓ ਪਹਿਲਾਂ ਵੀ ਵੇਖੀ ਹੈ, ਸੋ ਪਹਿਲਾਂ ਬਾਹਰੀ ਦ੍ਰਿਸ਼ ਵਿਖਾਏ ਸਨ, ਅਤੇ ਅੱਜ ਅੰਦਰ ਤੀਕਰ ਵਿਖਾਉਣ ਦੀ ਕੋਸ਼ਿਸ਼ ਕਰਾਂਗੇ, ਅਤੇ ਹੋਰ ਵੀ ਜਾਣਕਾਰੀ ਦੇਵਾਂਗੇ। ਉਹਨਾਂ ਪੁਰਾਣੇ ਸਮਿਆਂ ਦੀ ਯਾਦ ਦਿਲਾਉਂਦੀ ਇਹ ਬਿਲਡਿੰਗ। ਹੋਈ ਸੀ ਬਹੁਤ ਵਧੀਆ ਪਿੰਡ ਜਿਹਾ, ਪਿੰਡ ਦੇ ਬਾਹਰ ਬਾਹਰ ਜਿਹੜੀ ਬਿਲਡਿੰਗ ਬਣੀ ਪੁਰਾਣੀ, ਉਹ ਵੀ ਮੁਸਲਮਾਨਾਂ ਦੇ ਟਾਈਮ ਉਹ ਬਾਬੂ ਸੀ ਬਾਬੂ। ਅੱਛਾ ਜੀ, ਮੁਸਲਮਾਨ। ਅੱਛਾ ਜੀ, ਹੁਣ ਤਾਂ ਬਹੁਤ ਡੂੰਘੀਆਂ, ਕਹਿੰਦੇ 12-12 ਫੁੱਟ ਡੂੰਘੀਆਂ ਨੀਆਂ ਪਾ ਕੇ ਉਹ ਬਣਾਈਆਂ ਅਮੀਰ ਆਦਮੀ। ਅੱਛਾ ਜੀ, ਹਾਂਜੀ। ਦੋ ਸਾਲ ਪਹਿਲਾਂ ਇਹਦੀ ਵੀਡੀਓ ਪਾਈ ਸੀ ਪਿੰਡ 'ਚ, ਤਾਂ ਇੱਥੇ ਮੁਸਲਮਾਨ ਰਹਿੰਦੇ ਸਨ 47 ਤੋਂ ਪਹਿਲਾਂ। ਤੁਹਾਨੂੰ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਵੀ ਸੁਣਾਈਆਂ, ਅਤੇ ਇਹ ਬਿਲਡਿੰਗ ਵੀ ਕਿਸੇ ਮੁਸਲਮਾਨ ਦੀ ਸੀਗੀ, ਅਤੇ ਬਹੁਤ ਪਿਆਰ ਦਿੱਤਾ ਤੁਸੀਂ ਇਹਨੂੰ, ਅਤੇ ਇਹਦੇ ਬਾਰੇ ਹੋਰ ਵੀ ਪਿੰਡ ਦੇ ਨਾਲ ਇਹ ਬਿਲਡਿੰਗ ਵੀ ਤੁਹਾਨੂੰ ਦੁਬਾਰਾ ਫਿਰ ਲੈ ਕੇ ਆਏ ਹਾਂ, ਉਸੇ ਤਰੀਕੇ ਨਾਲ ਆਪਣੀ ਮਜ਼ਬੂਤੀ ਨੂੰ ਕਾਇਮ ਰੱਖ ਕੇ ਇਹ ਬਿਲਡਿੰਗ ਉਸੇ ਤਰੀਕੇ ਨਾਲ ਹੀ ਖੜ੍ਹੀ ਆ। ਅਤੇ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਤੁਹਾਨੂੰ ਬਿਲਡਿੰਗ ਅੰਦਰੋਂ ਦਿਖਾਵਾਂਗੇ ਵੀ। ਇਹਨਾਂ ਦਾ ਕੋਈ ਜਿਹੜਾ ਬਜ਼ੁਰਗ ਇੱਥੇ ਰਹਿੰਦੇ ਸੀ, ਉਹਨਾਂ ਦਾ ਕੋਈ ਪਰਿਵਾਰ ਪਾਕਿਸਤਾਨ 'ਚ ਰਹਿੰਦਾ ਹੋਵੇ, ਉਹ ਕਮੈਂਟ ਕਰਕੇ ਜ਼ਰੂਰ ਦੱਸੇ ਆਪਣਾ ਨਾਂ ਅਤੇ ਕੀ ਕੰਮ ਕਰਦੇ ਸਨ, ਅਤੇ ਉਸ ਵੇਲੇ ਇੱਥੇ ਦਾ ਕੀ ਮਾਹੌਲ ਸੀ, ਅਤੇ ਸਾਡੇ ਨਾਲ ਜ਼ਰੂਰ ਸਾਂਝੀ ਕਰਨ ਜਾਣਕਾਰੀ। ਬਿਲਡਿੰਗ ਇੱਕ ਮੁਸਲਮਾਨ ਬਾਬੂ ਦੀ ਸੀ, ਅਤੇ 47 ਤੋਂ ਬਾਅਦ ਇੱਕ ਸੂਬੇਦਾਰ ਨੂੰ ਅਲੋਟ ਹੋਈ ਸੀ। ਇਸ ਬਿਲਡਿੰਗ ਦੇ ਅੰਦਰ ਜਿਵੇਂ ਕਿ 5-7 ਕਮਰੇ ਬਣੇ ਹੋਏ ਹਨ ਵੱਖ ਵੱਖ, ਅਤੇ ਅੰਦਰਲੇ ਪਾਸੇ ਵੀ ਉਵੇਂ ਹੀ ਮਹਿਫਲਾਂ ਲਾਉਣ ਲਈ ਜਿਵੇਂ ਅੱਗ ਬਾਲਣ ਲਈ ਬਣਿਆ ਹੋਇਆ ਹੈ। ਅਤੇ ਇਹ ਬਿਲਡਿੰਗ ਦੀ ਬੈਕ ਸਾਈਡ ਦਾ ਦ੍ਰਿਸ਼ ਹੈ, ਅਤੇ ਪੌੜੀ ਦੋਨਾਂ ਸਾਈਡਾਂ ਨੂੰ ਚੜ੍ਹਦੀ ਹੋਈ ਬੜੀ ਖੂਬਸੂਰਤੀ, ਅਤੇ ਉਸ ਸਮੇਂ ਦੀ ਮਿਸਤਰੀਆਂ ਦੀ ਕਾਰਾਗਰੀ ਨੂੰ ਉਜਾਗਰ ਕਰਦੀ ਹੈ, ਅਤੇ ਬਹੁਤ ਖੂਬਸੂਰਤੀ ਨਾਲ ਬਿਲਡਿੰਗ ਨੂੰ ਬਣਾਇਆ ਗਿਆ ਹੈ, ਅਤੇ ਓਨੀ ਹੀ ਇਸ ਬਿਲਡਿੰਗ ਦੀ ਮਜ਼ਬੂਤੀ ਹੈ। ਕਹਿੰਦੇ ਹੈ ਕਿ ਬਹੁਤ ਡੂੰਘੀਆਂ ਨੀਹਾਂ ਭਰੀਆਂ ਗਈਆਂ ਸਨ ਇਸ ਦੀਆਂ, ਜੋ ਇਹ ਦਰਸਾ ਰਹੀਆਂ ਹਨ ਕਿ ਇੰਨੀ ਮਜ਼ਬੂਤੀ ਨਾਲ ਹਾਲੇ ਤੱਕ ਵੀ ਇਹ ਬਿਲਡਿੰਗ ਖੜ੍ਹੀ ਹੈ। ਸੋ ਖੂਬਸੂਰਤ ਬਿਲਡਿੰਗ, ਇਹ ਅੰਦਰ ਵੀ ਉਸੇ ਤਰੀਕੇ ਨਾਲ ਮਹਿਫਲਾਂ ਲਾਉਣ ਲਈ ਅੱਗ ਬਾਲਣ ਲਈ ਬਣਿਆ ਹੋਇਆ ਹੈ। ਸੋ ਬਿਲਡਿੰਗ ਦੀ ਉਚਾਈ ਵੀ ਕਾਫੀ ਜ਼ਿਆਦਾ ਹੈ। ਸੋ ਇਹ ਬਿਲਡਿੰਗ ਦੀ ਵੀਡੀਓ ਅਸੀਂ ਦੁਬਾਰਾ ਲਿਆਉਣ ਦਾ ਮਕਸਦ ਇਹੀ ਆ ਕਿ ਅਸੀਂ ਅੰਦਰ ਤੀਕਰ ਤੁਹਾਨੂੰ ਵੀਡੀਓ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਅੰਦਰੂਨੀ ਦ੍ਰਿਸ਼ ਪਹਿਲਾਂ ਨਹੀਂ ਬਣਾਏ ਗਏ ਸਨ। ਸੋ ਜਿਵੇਂ ਤੁਸੀਂ ਪਹਿਲੀ ਵੀਡੀਓ ਨੂੰ ਪਿਆਰ ਦਿੱਤਾ, ਇਹਨੂੰ ਵੀ ਇਸੇ ਤਰੀਕੇ ਨਾਲ ਪਿਆਰ ਦੇਣਾ, ਅਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ। ਤੁਹਾਨੂੰ ਹੁਣ ਬੈਕ ਸਾਈਡ ਤੋਂ ਵੀ ਦ੍ਰਿਸ਼ ਵਿਖਾਉਂਦੇ ਹਾਂ ਬਿਲਡਿੰਗ ਦੇ। ਸੋ ਜਿਵੇਂ ਜਿਵੇਂ ਤੁਸੀਂ ਬਿਲਡਿੰਗ ਨੂੰ ਵੇਖੋਗੇ, ਤੁਸੀਂ ਉਹਨਾਂ ਪੁਰਾਣੇ ਸਮਿਆਂ ਦੇ ਵਿੱਚ ਚਲੇ ਜਾਵੋਗੇ। ਬਹੁਤ ਹੀ ਖੂਬਸੂਰਤ ਬਿਲਡਿੰਗ। ਸੋ ਆਸ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ, ਜੇ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ। ਇਸੇ ਤਰੀਕੇ ਦੀਆਂ ਵੀਡੀਓ ਲੈ ਕੇ ਤੁਹਾਡੇ ਸਨਮੁੱਖ ਹੁੰਦੇ ਰਹਾਂਗੇ। ਧੰਨਵਾਦ, ਰੱਬ ਰਾਖਾ, ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ। ਸ਼ੱਬਾ ਖੈਰ। ਜੇ ਤੁਸੀਂ ਸਾਡਾ ਯੂਟਿਊਬ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਤਾਂ ਜੋ ਸਾਡੀਆਂ ਲੇਟੈਸਟ ਵੀਡੀਓ, ਸ਼ਾਇਰੀ, ਇੰਟਰਵਿਊ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ, ਅਤੇ ਨਾਲ ਬੈੱਲ ਆਈਕੋਨ ਨੂੰ ਜ਼ਰੂਰ ਕਲਿੱਕ ਕਰੋ। ਧੰਨਵਾਦ।